ਸ੍ਰੀਕਾਲ ਜੀ, ਤੁਸੀਂ ਦੇਖ ਰਹੇ ਹੋ ਚੈਨਲ ਨਿਊਜ਼ ਟਾਈਮ ਪੰਜਾਬ ਤੇ ਸਾਡਾ ਖਾਸ ਪ੍ਰੋਗਰਾਮ ਆਸਥਾ। ਮੈਂ ਹਾਂ ਸੰਜੀਵ ਸ਼ਰਮਾ ਤੇ ਮੇਰੇ ਨਾਲ ਮੇਰੇ ਸਹਿਯੋਗੀ ਵਰਿੰਦਰ ਰਾਣਾ। ਅੱਜ ਅਸੀਂ ਗੱਲ ਕਰਾਂਗੇ ਧਨਤੇਰਸ ਦੀ। ਹਰ ਸਾਲ ਕੱਤਕ ਮਹੀਨੇ ਦੇ ਕਿਸ਼ਨ ਪੱਖ ਵਿੱਚ ਤ੍ਰੋਦਸ਼ੀ ਨੂੰ ਧਨਤੇਰਸ ਕਿਹਾ ਜਾਂਦਾ ਹੈ। ਇਸ ਦਿਨ ਚਾਂਦੀ ਦੇ ਬਰਤਨ ਖਰੀਦਣਾ ਅਤਿਅੰਤ ਸ਼ੁਭ ਮੰਨਿਆ ਜਾਂਦਾ ਹੈ। ਇਸ ਦਿਨ ਤੁਸੀਂ ਤਾਂਬੇ ਦੇ ਬਰਤਨ, ਪਿੱਤਲ ਦੇ ਬਰਤਨ, ਘਰ ਵਿੱਚ ਕੱਪੜੇ ਦੀ ਖਰੀਦਦਾਰੀ, ਉਸਨੂੰ ਵੀ ਸ਼ੁਭ ਮੰਨਿਆ ਜਾਂਦਾ ਹੈ। ਧਨਤੇਰਸ ਦੇ ਨਾਲ ਹੀ 5 ਦਿਨਾਂ ਦਾ ਗੋਤਰੀ ਰਾਤਰੀ ਵਰਤ ਵੀ ਜੁੜਿਆ ਹੋਇਆ ਹੈ। ਪੁਰਾਣੀਆਂ ਕਥਾਵਾਂ ਅਨੁਸਾਰ ਇਹ ਵਰਤ ਯਮਰਾਜ ਦੇ ਨਾਲ ਸੰਬੰਧ ਰੱਖਣ ਵਾਲਾ ਹੈ। ਯਮਰਾਜ ਦੀ ਭੈਣ ਯਮੁਨਾ ਸੀ ਤੇ ਇਸ ਦਿਨ ਯਮੁਨਾ ਵਿੱਚ ਇਸ਼ਨਾਨ ਕਰਨਾ ਅਤਿ ਉੱਤਮ ਮੰਨਿਆ ਜਾਂਦਾ ਹੈ। ਸ਼ਾਮ ਨੂੰ ਘਰ ਦੇ ਬਾਹਰਲੇ ਪਾਸੇ ਇੱਕ ਬਰਤਨ ਵਿੱਚ ਖਾਣਾ ਰੱਖ ਕੇ ਬਜ਼ੁਰਗਾਂ ਦੀ ਪੂਜਾ ਕੀਤੀ ਜਾਂਦੀ ਹੈ ਤੇ ਇਸੇ ਦਿਨ ਹੀ ਦੱਖਣ ਦਿਸ਼ਾ ਵੱਲ ਮੂੰਹ ਕਰਕੇ ਦੀਵਾ ਜਗਾਇਆ ਜਾਂਦਾ ਹੈ, ਜਿਸ ਨੂੰ ਕਿ ਅਤਿ ਉੱਤਮ ਮੰਨਿਆ ਜਾਂਦਾ ਹੈ। ਯਮਰਾਜ ਨੇ ਆਪਣੇ ਦੂਤਾਂ ਨੂੰ ਇਹ ਆਸ਼ਵਾਸਨ ਦਿੱਤਾ ਸੀ ਕਿ ਜੋ ਇਸ ਦਿਨ ਦੀਵਾ ਜਗਾਵੇਗਾ ਉਸ 'ਤੇ ਕੋਈ ਵੀ ਸੰਕਟ ਨਹੀਂ ਆਵੇਗਾ। ਅਤੇ ਇਸ ਦਿਨ ਭਗਵਾਨ ਧਨਵੰਤਰੀ ਜੀ ਦਾ ਜਨਮ ਵੀ ਹੋਇਆ ਸੀ। ਇਹ ਮੰਨਤਾ ਹੈ ਕਿ ਭਗਵਾਨ ਧਨਵੰਤਰੀ ਦਾ ਜਨਮ ਸਮੁੰਦਰ ਮੰਥਨ ਦੇ ਦੌਰਾਨ ਹੋਇਆ ਸੀ ਅਤੇ ਉਸ ਵਕਤ ਉਹਨਾਂ ਕੋਲ ਇੱਕ ਕਲਸ਼ ਸੀ ਜਿਸ ਵਿੱਚ ਸਾਰੇ ਰੋਗਾਂ ਨੂੰ ਦੂਰ ਕਰਨ ਵਾਲੀਆਂ ਅਲੱਗ ਅਲੱਗ ਔਸ਼ਧੀਆਂ ਸੀ। ਇਹ ਵਰਤ ਪੂਰੇ ਭਾਰਤ ਵਿੱਚ ਹੀ ਨਹੀਂ ਸੰਪੂਰਨ ਵਿਸ਼ਵ ਵਿੱਚ ਹੀ ਮਨਾਇਆ ਜਾਂਦਾ ਹੈ। ਇਸ ਦਿਨ ਭਗਵਾਨ ਧਨਵੰਤਰੀ ਜੀ ਦੀ ਪ੍ਰਤਿਮਾ ਰੱਖੀ ਜਾਂਦੀ ਹੈ ਅਤੇ ਉਹਨਾਂ ਦੀ ਸ਼ਰਧਾ ਪੂਰਵਕ ਪੂਜਨ ਕੀਤਾ ਜਾਂਦਾ ਹੈ। ਪੂਜਨ ਕਰਨ ਤੋਂ ਬਾਅਦ ਪ੍ਰਸ਼ਾਦ ਵੰਡਿਆ ਜਾਂਦਾ ਹੈ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ ਜਾਂਦੀ ਹੈ। ਤਾਂ ਦੂਜੇ ਦਿਨ ਭਗਵਾਨ ਧਨਵੰਤਰੀ ਜੀ ਦੀ ਪ੍ਰਤਿਮਾ ਨੂੰ ਪਾਣੀ ਵਿੱਚ ਵਿਸਰਜਿਤ ਕੀਤਾ ਜਾਂਦਾ ਹੈ। ਇਸ ਦਿਨ ਗਾਵਾਂ ਨੂੰ ਹਰਾ ਚਾਰਾ, ਗੁੜ ਆਦਿ ਪਾਇਆ ਜਾਂਦਾ ਹੈ ਅਤੇ ਪੂਜਨ ਤੋਂ ਬਾਅਦ 7 ਤਰ੍ਹਾਂ ਦੀਆਂ ਮਿਠਾਈਆਂ ਵਿਆਹੀਆਂ ਹੋਈਆਂ ਔਰਤਾਂ ਨੂੰ ਦਿੱਤੀ ਜਾਂਦੀ ਹੈ। ਇਸ ਦਿਨ ਗਾਇਤਰੀ ਮੰਤਰ ਦੇ ਨਾਲ 108 ਤਿਲਾਂ ਦੀ ਆਹੂਤੀ ਦੇ ਕੇ ਇਸ ਵਰਤ ਦੀ ਸਮਾਪਤੀ ਕੀਤੀ ਜਾਂਦੀ ਹੈ। ਇਸ ਵਰਤ ਦੇ ਨਾਲ ਸੰਤਾਨ ਸੁੱਖ, ਬਿਜ਼ਨਸ ਵਿੱਚ ਵਾਧਾ ਅਤੇ ਹੋਰ ਸਾਰੇ ਸੁੱਖ ਵੀ ਮਿਲਦੇ ਹਨ। ਹਰ ਇੱਕ ਵਿਅਕਤੀ ਨੂੰ ਇਹ ਵਰਤ ਧਾਰਨ ਕਰਨਾ ਚਾਹੀਦਾ ਹੈ। ਇਸ ਦਿਨ ਜਾਂ ਰਾਤ ਨੂੰ ਜੇਕਰ ਛਿਪਕਲੀ ਦੇ ਦਰਸ਼ਨ ਹੋ ਜਾਣ ਤਾਂ ਅਤਿ ਸ਼ੁਭ ਮੰਨਿਆ ਜਾਂਦਾ ਹੈ ਅਤੇ ਇਸ ਦੇ ਵੇਖਣ ਨਾਲ ਘਰ ਵਿੱਚ ਧਨ ਦੀ ਵਰਖਾ ਹੁੰਦੀ ਹੈ। ਤਾਂ ਇਸ ਧਨ ਦੇ ਰਸਤੇ ਤੁਸੀਂ ਵੀ ਆਪਣੇ ਘਰ ਕੁਛ ਨਵਾਂ ਲੈ ਕੇ ਆਓ ਤਾਂ ਕਿ ਭਗਵਾਨ ਧਨਵੰਤਰੀ ਦੀ ਕਿਰਪਾ ਤੁਹਾਡੇ 'ਤੇ ਬਣੀ ਰਹੇ। ਉਸ ਦਿਨ ਤੁਸੀਂ ਵਰਤ ਵੀ ਜ਼ਰੂਰ ਧਾਰਨ ਕਰੋ ਤਾਂ ਕਿ ਤੁਸੀਂ ਅਤੇ ਤੁਹਾਡਾ ਪਰਿਵਾਰ ਹਮੇਸ਼ਾ ਲਈ ਖੁਸ਼ ਰਹੇ। ਅਗਲੀ ਵਾਰ ਇਸੇ ਪ੍ਰੋਗਰਾਮ ਵਿੱਚ ਮੈਂ ਸੰਜੀਵ ਸ਼ਰਮਾ ਅਤੇ ਵਰਿੰਦਰ ਰਾਣਾ ਤੁਹਾਨੂੰ ਫਿਰ ਮਿਲਾਂਗੇ। ਤਦ ਤੱਕ ਲਈ ਜੈ ਸ਼੍ਰੀ ਰਾਮ। ਜੈ ਸ਼੍ਰੀ ਰਾਮ।